ठीक गुड मॉर्निंग ऑनरेबल प्राइम मिनिस्टर माई सिर्फ सुमन मिश्रा सर आई सीक योर एडवाइस ऑन हाउ शुड अ स्टूडेंट बिहेव इन अ सोसाइटी थैंक यू सर धन्यवाद मैम माननीय प्रधानमंत्री जी विद्यार्थी समाज च कि व्यवहार करनी है पूछा कर दी इसकी ਬਿੰਦ ਬਖਰੇ ਦਾਇਰੇ ਚ ਰੱਖਣਾ ਚਾਹੀਦਾ ਅਸ ਕਿਹੜੇ ਸਮਾਜ ਦੀ ਗੱਲ ਕਰਨੀ ਆ ਜਿਹੜਾ ਸਾਡਾ ਦਾਇਰਾ ਹੈ ਉਹ ਜਿੰਦੇ ਚਸ ਉੱਠਨੇ ਬੌਣਨੇ ਆ ਕਦੇ ਖਰੀ ਮਾੜੀ ਗੱਲਾਂ 'ਚ ਸਮੇਂ ਗੁਜ਼ਾਰਨੀ ਆ ਟੈਲੀਫੋਨ 'ਤੇ ਕਈ ਘੰਟੇ ਗੁਜ਼ਾਰੀ ਦਿਨਨੇ ਆ ਜੇਕਰ ਇਸ ਸੀਮਿਤ ਦਾਇਰੇ ਦੀ ਗੱਲ ਕਰਨੀ ਆ ਤਾਂ ਤੇ ਤ ਉਸ ਬੱਚੇ ਕਿchnੇ ਅੱਖ ਗੇ ਨਿਆਂ ਤੇ ਭਈ ਇੱਥੇ ਜੂਤੇ ਪਾਈ ਕੇ ਆਓ ਜੂਤੇ ਦਵਾਰੋ ਇੱਥੇ ਇਸ ਚਾਲੀ ਬੁਬਾਰ ਕਰੋ ਜਾਂ ਉਸਟੰਗਾ ਕਰਨੇ ਕਰੋ ਐਸਾ ਆਖੀ ਸਕਦੇ ਹੋ ਪਰ ਹਕੀਕਤ ਇਹ ਹੈ ਜੇ ਉਸ ਦੀ ਇੱਕਕਰ ਦੇ ਦਾਇਰੇ ਅੰਦਰ ਡੱਕੀਏ ਨਹੀਂ ਰੱਖਣਾ ਉਸ ਦੀ ਸਮਾਜ ਚ ਜਿੰਨਾ ਵਿਆਪਕ ਉਹਦਾ ਵਿਸਤਾਰ ਹੋਏ ਉਹ ਦੇਣਾ ਚਾਹੀਦਾ ਮੈਂ ਤੇ ਕਦੇ ਆਖਿਆ ਹਾਂ ਸ਼ਾਇਦ ਪਰੀਖਿਆ ਤੇ ਚਰਚਾ ਚ ਆਖਿਆ ਹ ਜਾਂ ਕੁੱਤੇ ਹੋ ਰਾਖਿਆ ਹ ਮੇਗੀ ਚੇਤਾ ਨਹੀਂ ਹੈ ਮੈਂ ਆਖਿਆ ਹ ਜੇ 10ਵੀਂ 12ਵੀਂ ਦੇ ਇਮਤਿਹਾਨ ਨੇ ਪ੍ਰੰਤ ਕਦੇ ਬੱਚੇਂ ਕੀ ਪਹਿਲੇ ਆਪਣੇ ਰਾਜ ਚ ਉਸ ਕੀ ਅੱਖੋ ਜਿ ਲਾਉਏ ਪੈਸੇ ਤੋ ਕਿ ਇੰਨੇ ਦਿਆ ਕਰਨੇ ਆ ਤੇ ਪੰਜ ਦਿਨੇ ਲਈ ਤੋ ਉਸ ਕੋ ਮੀਏ ਵਾਪਸ ਆਓ ਤੇ ਉਥੂਆ ਫੋਟੂਆ ਉਥੂਆ ਵਰਣਨ ਸਭ ਕੁਛ ਲਿਖੀ ਲੈ ਜਾਓ ਸੁੱਟੋ ਉਸਗੀ ਇਹ ਮੱਦੇ ਕੰਨ ਤੂੰ ਸਿੱਖਗੇ ਉਹ ਬੱਚਾ ਮਤਕਿ ਸਿੱਖੀ ਆਉਗਾ ਜੀਵਨ ਕੀ ਜਾਨਨੀ ਹੈ ਉਹਦੇ ਅੰਦਰ ਵਿਸ਼ਵਾਸ ਪਦਗ ਤੇ ਭੀਓ ਤੂੰ ਸਾਂਗੀ ਇਹ ਨਹੀਂ ਆਖੋਗਾ ਜੇਕਰ 12ਵੀਂ ਦਾ ਹੈ ਤਾਂ ਉਸਗੀ ਆਖੋ ਜੇ ਤੂੰ ਰਾਜ ਦੇ ਬਾਹਰ ਜਾ ਦੇਖੋ ਇੰਨੇ ਪੈਸੇ ਨਾਲ ਟ੍ਰੇਨ ਚ ਜਾਣਾ ਹੈ ਰੱਖਸ਼ਨ ਦੇ ਬਿਗੈਰ ਜਾਣਾ ਹੈ ਸਮਿਆਂ ਨੀ ਨਾ ਉਗ ਇਹ ਤੁਗੀ ਰੋਟੀ ਦੇ ਦਿੱਤੀ ਹੈ ਜਾਓ ਇੰਨੀਆਂ ਚੀਜ਼ਾਂ ਦੇਖੀ ਜਾਓ ਤੇ ਆਈਏ ਸਭ ਨੇ ਕੀ ਸਮਝਾਓ ਤੁਸੀਂ ਕੀ ਸੱਚੇ ਆਪਣੇ ਬੱਚੇ ਦੀ ਆਜ਼ਮਾਇਸ਼ ਕਰਤੇ ਰਹਿਣਾ ਲੋੜਚਦਾ ਹੈ ਉਹਨੇ ਕੀ ਸਮਾਜ ਦੇ ਬਖ-ਬਖ ਵਰਗੇ ਚ ਜਾਣੇ ਲਈ ਪ੍ਰੇਰਿਤ ਕਰਨਾ ਚਾਹੀਦਾ ਉਸ ਕੀ ਕਦੇ ਪੁੱਛਣਾ ਚਾਹੀਦਾ ਜੇ ਭਾਈ ਤੇਰੇ ਸਕੂਲ ਚ ਇਸ ਬੱਚੇ ਨੇ ਕਾਉਡੀ ਚ ਸ਼ੈਲ ਖੇਡਿਆ ਹਾ ਤੂੰ ਉਸ ਕੀ ਮਿਲਿਆ ਕਿਆ ਜਾਓ ਉਹਦੇ ਘਰ ਜਾਈਏ ਮਿਲ ਗਿਆ ਹੋ ਫਲਾਣੇ ਬੱਚੇ ਨੇ ਵਿਗਿਆਨ ਮੇਲੇ ਚ ਖਰਾ ਕੰਮ ਕੀਤਾ ਹਾ ਤੂੰ ਜਾਈਏ ਮਿਲਿਆ ਆਇਆ ਕਿਆ ਭਾਈ ਜਾਓ ਬਿੰਦ ਮਿਲ ਗਿਆ ਹੋ ਉਹਦਾ ਵਿਸਤਾਰ ਕਰਨੇ ਦਾ ਤੁਸیں ਕੀ ਉਸੇ ਮੌਕਾ ਦੇਣਾ ਚਾਹੀਦਾ ਉਸ ਕੀ ਤੁਸ ਐਸਾ ਕਰਨਾ ਚਾਹੀਦਾ ਵੈਸਾ ਕਰਨਾ ਚਾਹੀਦਾ ਇਹ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਮਿਹਰਬਾਨੀ ਕਰੀਏ ਉਸ ਕੀ ਬੰਦਨੇ ਚ ਨਹੀਂ ਬੰਨੋ ਤੁਸ ਮੀ ਕੀ ਦਸੋ ਕੋਈ ਇਹ ਫਰਮਾਨ ਕੱਢੇ ਜੇ ਪਤੰਗੇ ਕੀ ਕੀਟ ਪਤੰਗੇ ਆਖਦੇ ਨਾ ਪਤੰਗੇ ਦੀ ਵਰਤੀ ਪੁਆਗੇ ਤੰਕੇਯੋਗ ਕੇਯੋਗ ਕੋਈ ਲੌਜੀਕ ਹੈ ਕਿਆ ਅਸਿੰਗੀ ਬੱਚੇ ਦਾ ਵਿਸਤਾਰ ਹੁੰ ਦੇਣਾ ਚਾਹੀਦਾ ਉਹਨੇ ਕੀ ਨਵੇਂ ਨਵੇਂ ਧਾਇਰੇ ਚ ਲੈ ਜਾਣਾ ਚਾਹੀਦਾ ਮਿਲਵਾਣਾ ਚਾਹੀਦਾ ਕਦੇ ਅਸਿੰਗੀ ਵੀ ਲੈ ਜਾਣਾ ਚਾਹੀਦਾ ਉਸ ਕੀ ਸਾੜੇ ਥੇ ਛੁੱਟੀਆਂ ਚ ਰਹੁੰਦਾ ਹਾ ਮਾਮਾ ਹੁੰਦੇ ਘਰ ਜਾਣਾ ਫਲਾਣੀ ਜਗ੍ਹਾ ਜਾਣਾ ਇਹ ਕੀ ਹੁੰਦਾ ਹਾ ਇਹਦਾ ਆਪਣਾ ਇੱਕ ਨੰਦ ਹੁੰਦਾ ਹਾ ਇਕ ਸੰਸਕਾਰ ਹੁੰਦੈਨ ਇਕ ਜੀਵਨ ਦੀ ਰਚਨਾ ਬੰਦੀ ਹੈ ਅਸ ਆਪਣੇ ਦਾਇਰੇ ਚ ਬੱਚੇ ਕੀ ਬੰਦ ਨਹੀਂ ਕਰਚਾ ਅਸ ਜਿੰਨਾ ਮਤਾ ਹੁੰਦਾ ਦਾਇਰਾ ਬਦਾਗੇ ਆ ਸਾਡਾ ਧਿਆਨ ਰਾਉਣਾ ਚਾਹੀਦਾ ਸਾਡਾ ਧਿਆਨ ਰਾਉਣਾ ਚਾਹੀਦਾ ਜੇ ਉਹਦੀਆਂ ਆਦਤਾਂ ਕੋਤੇ ਖਰਾਬਤ ਨਹੀਂ ਹੋਆ ਕਰਦੀਆਂ ਕਮਰੇ ਚ ਗੁਆਚੇ ਦਾ ਤੇ ਨਹੀਂ ਰਹਿੰਦਾ ਉਦਾਸ ਤੇ ਨਹੀਂ ਰਹਿੰਦਾ ਪਹਿਲੇ ਰੋਟੀ ਲਈ ਬੋਂਦਾ ਹਾਂ ਤਾਂ ਕਿੰਨਾ ਅਸੀਂ ਮਖੌਲ ਕਰਦਾ ਹਾਂ ਅੱਜ ਕੱਲ ਅਸੀਂ ਮਖੌਲ ਬੰਦ ਕਰ ਹੀ ਦਿੱਤਾ ਹੈ ਕੀ ਸਮੱਸਿਆ ਹੈ ਮਾਤਾ ਪਿਤਾ ਕੀ ਝੱਟ ਪਤਾ ਲੱਗੀ ਜਾਣਾ ਚਾਹੀਦਾ ਇਹ ਉਸ ਲਈ ਹੁੰਦਾ ਹੈ ਜਿਸ ਲਈ ਬੱਚੇਂਗੀ ਉਹ ਇੱਕ ਅਮਾਨਤ ਦੇ ਰੂਪ ਚ ਈਸ਼ਵਰ ਨੇ ਉਸ ਦੀ ਇੱਕ ਅਮਾਨਤ ਦਿੱਤੀ ਹੈ ਇਸ ਅਮਾਨਤ ਦਾ ਸੰਰਖਣ ਸੰਵਰਧਨ ਉਹਦੀ ਜ਼ਿੰਮੇਵਾਰੀ ਹੈ ਇਹ ਭਾਵਨਾ ਜੇਕਰ ਹੁੰਦੀ ਹੈ ਤਾਂ ਨਤੀਜੇ ਖਰੇ ਆਉਂਦੇ ਨੇ ਇਹ ਭਾਵਨਾ ਜੇਕਰ ਹੁੰਦੀ ਹੈ ਇਹ ਮੇਰਾ ਪੁੱਤਰ ਹੈ ਮੈਂ ਅੱਖ ਗਾਉ ਵੇ ਕਰਗ ਮੈਂ ਐਸਾ ਹਾਇਸ ਕਰੀਏ ਤੂੰ ਵੀ ਨਹੀਂ ਅਗੇ ਬਣ ਨਾ ਪਾਉਗਾ ਮੇਰੀ ਜ਼ਿੰਦਗੀ ਚ ਐਸਾ ਹੋਆ ਤੇਰੀ ਜ਼ਿੰਦਗੀ ਚ ਐਸਾ ਹੋਗਾ ਤਾਂ ਵੀ ਗੱਲ بگੜੀ ਜਾਂਦੀ ਹੈ ਤੇ ਇਸ ਕਰੀਏ ਲੋੜ ਇਹ ਹੈ ਜੇ ਖੁੱਲੇਪਨ ਕਰਨ ਹੈ ਅਸੇਂਗੀ ਸਮਾਜ ਦੇ ਵਿਸਤਾਰ ਵਾਲੀ ਬੱਕੀ ਉਸ ਗਿੱ ਲਈ ਜਾਣ ਦੀ ਕੋਸ਼ਿਸ਼ ਕਰਨੀ ਲੋੜ ਚ ਦੀ ਉਸ ਗੀ ਜੀਵਨ ਦੀ ਬੱਕ ਬੱਕ ਚੀਜ਼ਾਂ ਚ ਜੁੜਨੇ ਲਈ ਪ੍ਰੇਰਿਤ ਕਰਨਾ ਚਾਹੀਦਾ ਮੈਂ ਤੇ ਕਦੀ ਆਖੰਗ ਜਿ ਮੰਨ ਲਿਓ ਤੂੰ ਤੇ ਉੱਥੇ ਸੱਪ ਛੰਦਰ ਵਾਲੇ ਲੋਕ ਆਉਂਦੇ ਨੇ ਕਦੇ ਤਾਂ ਉਸ ਗਿਆ ਕੋ ਜਾਓ ਇਹਦੇ ਕਨੇ ਗੱਲ ਕਰੋ ਪੁੱਛੋ ਜੇ ਕੁੱਥੋਂ ਦਾ ਰੋਹਣੇ ਆਲਾ ਹੈ ਕੁੱਥੂਆ ਨਿਕਲਿਆ ਇਸਤਨ ਦੇ ਚ ਕੀ ਆਈ ਗਿਆ ਕੀ ਸਿੱਖਿਆ ਚਲੋ ਮੇਗੀ ਸਮਝਾਓ ਉਸ ਕੀ ਪੁੱਛੀ ਆਓ ਉਹਦੀ ਸੰਵੇਦਨਾ ਜਾਗੀ ਜਾਗਨ ਜੀ ਉਹ ਕੀ ਇਹ ਕੰਮ ਕਰਾ ਕਰਦਾ ਹੈ ਜਾਨਣਾ ਸਿੱਖਣਾ ਸਹਿਜ ਬਣੀ ਜਾਗ ਕੋਸ਼ਿਸ਼ ਕਰਨੀ ਚਾਹੀਦੀ ਜੇ ਤੁੰਦੇ ਬੱਚੇ ਦਾ ਵਿਸਤਾਰ ਮਤਾ ਹੋਵੇ ਉਹ ਬੰਦਨੇ ਚ ਨਹੀਂ ਬੱਜੀ ਜਾਣ ਉਸ ਕੀ ਖੁੱਲਾ ਸ਼ਮਾਨ ਦਿਓ ਤਸ ਉਸ ਕੀ ਮੌਕਾ ਦਿਓ ਉਸ ਸਮਾਜ ਚ ਤਾਕਤ ਬਣੀਏ ਉਬਰਗ ਮਤਾ ਮਤਾ ਧੰਨਵਾਦ